ਸਤਿ ਸ਼੍ਰੀ ਅਕਾਲ ਜੀ। ਪਿਛਲੇ 2-3 ਦਿਨਾਂ ਤੋਂ ਸੇਬ ਚੋਰਾਂ ਵਾਲੀ ਗੱਲ ਜਿਹੜੀ ਬਹੁਤ ਵਾਇਰਲ ਹੋ ਰਹੀ ਹੈ, ਹੋਣੀ ਵੀ ਚਾਹੀਦੀ। ਲੋਕਾਂ ਨੂੰ ਦੁੱਖ ਲੱਗਦਾ ਕਿਉਂਕਿ ਸਾਡੇ ਪੰਜਾਬ ਦਾ ਇਹ ਕਿਰਦਾਰ ਨਹੀਂ ਹੈ ਜੋ ਇਸ ਘਟਨਾ ਤੋਂ ਦੇਖਣ ਨੂੰ ਮਿਲਿਆ ਵੀ ਕਿਸੇ ਦੀ ਗੱਡੀ ਪਲਟ ਗਈ, ਕਿਸੇ ਨੂੰ ਸੱਟਾਂ ਲੱਗ ਗਈਆਂ, ਉਹਦੀ ਟੇਕ ਕੇਅਰ ਕਰਨ ਦੀ ਬਜਾਏ ਅਸੀਂ ਉਹਦੀ ਗੱਡੀ ਲੁੱਟਣ ਨੂੰ ਪੈ ਗਏ, ਸੇਬਾਂ ਦੀਆਂ ਪੇਟੀਆਂ ਚੁੱਕ ਚੁੱਕ ਕੇ ਘਰਾਂ ਨੂੰ ਲਿਜਾਣ ਲੱਗ ਪਏ। ਤੇ ਮੈਂ ਚਾਹਾਂਗਾ ਕਿ ਉਹ ਪਿੰਡਾਂ ਦੀਆਂ ਪੰਚਾਇਤਾਂ ਜਿਨ੍ਹਾਂ ਦੇ ਬੰਦੇ ਇਸ ਘਟਨਾ ਚ ਸ਼ਾਮਲ ਨੇ, ਉਹਨਾਂ ਨੂੰ ਪੰਚਾਇਤਾਂ ਚ ਬੁਲਾ ਕੇ ਤਾੜਨਾ ਕਰਨ, ਕੋਈ ਸ਼ਹਿਰ ਦਾ ਤੇ ਉਹਨੂੰ ਮੁਹੱਲੇ ਦੀਆਂ ਸਭਾਵਾਂ ਜਿਹੜੀਆਂ ਨੂੰ ਬੁਲਾ ਕੇ ਤਾੜਨਾ ਕਰਨ ਕਿ ਇਸ ਤਰ੍ਹਾਂ ਦੀ ਹਰਕਤ ਜਿਹੜੀ ਪੰਜਾਬ ਨੂੰ ਬਦਨਾਮ ਕਰਨ ਵਾਲੀ ਉਹ ਦੁਬਾਰਾ ਕਦੇ ਨਹੀਂ ਹੋਣੀ ਚਾਹੀਦੀ। ਪਰ ਮੈਂ ਇਸ ਤੋਂ ਅੱਗੇ ਦੀ ਗੱਲ ਕਰਨ ਲੱਗਿਆ ਕਿ ਇਹਨੂੰ ਹੁਣ ਛੱਡ ਦਿਓ, ਜੋ ਹੋ ਗਿਆ ਇਸ ਤੋਂ ਜ਼ਿਆਦਾ ਵਾਇਰਲ ਕਰੋ, ਇਸ ਤੋਂ ਜ਼ਿਆਦਾ ਐਪਰੀਸ਼ੀਏਟ ਕਰੋ ਉਹਨਾਂ ਸੱਜਣਾਂ ਨੂੰ ਜਿਹੜੇ ਪੰਜਾਬ ਦੇ ਉੱਤੇ ਇਹ ਬਦਨੁਮਾ ਦਾਗ ਲੱਗਦਾ ਬਰਦਾਸ਼ਤ ਨਹੀਂ ਕਰ ਸਕੇ ਔਰ ਉਸ ਡਰਾਈਵਰ ਕੋਲ ਗਏ, ਵੀਰ ਕੋਲ ਜਾ ਕੇ ਉਹਦਾ ਨੁਕਸਾਨ ਪੁੱਛਿਆ ਕਿੰਨੇ ਦਾ ਹੋਇਆ ਤੇ ਲੱਖਾਂ ਰੁਪਏ ਦੀ ਭਰਪਾਈ ਉਹਨਾਂ ਨੇ ਕੀਤੀ ਕਿ ਆਹ ਤੇਰਾ ਹਰਜਾਨਾ ਤੇ ਸਾਡੇ ਪੰਜਾਬ ਨੂੰ ਮਾੜਾ ਨਾ ਕਹੀਂ ਤੇ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਤੇ ਮੇਰੀ ਭਾਵੇਂ ਜਿੰਦ ਕੱਢ ਲੈ। ਮੈਨੂੰ ਘਟਨਾ ਯਾਦ ਆ ਗਈ, ਪਤਾ ਨਹੀਂ ਸੱਚੀ ਹੈ ਕਿ ਨਹੀਂ, ਪਰ ਬਚਪਨ ਚ ਸੁਣਦੇ ਹੁੰਦੇ ਸੀ ਕਿ ਸਾਡੇ ਵਰਗਾ ਕੋਈ ਗਿਆ ਉੱਥੇ ਜਾਪਾਨ ਦੇ ਵਿੱਚ, ਭੁੱਖ ਲੱਗੀ, ਸੰਤਰਾ ਛਿੱਲਿਆ, ਛਿੱਲਦਾ ਜਾਏ, ਛਿਲਕਾ ਸੁੱਟਦਾ ਜਾਏ ਤੇ ਇੱਕ ਇੱਕ ਬਾੜੀ ਖਾਂਦਾ ਜਾਏ, ਤੇ ਉਹਦੇ ਪਿੱਛੇ ਚੁੱਪ ਕਰਕੇ ਇੱਕ ਜਾਪਾਨੀ ਲੇਡੀ ਤੁਰੀ ਆਉਂਦੀ ਸੀ, ਛਿਲਕੇ ਚੁੱਕ ਕੇ ਆਪਣੇ ਲਿਫਾਫੇ 'ਚ ਪਾਈ ਜਾਂਦੀ ਸੀ। ਉਹਨੇ ਜਦੋਂ ਫਿਰ ਤੋਂ ਮੁੜ ਕੇ ਦੇਖਿਆ ਤਾਂ ਉਹਨੂੰ ਸਮਝ ਆਈ ਵੀ ਇਹ ਔਰਤ ਮੇਰੇ ਨਾਲ ਹੀ ਆ ਰਹੀ ਔਰ ਚੱਕ ਕੇ ਛਿਲਕੇ ਬੈਗ 'ਚ ਪਾ ਰਹੀ। ਉਹਨੇ ਪੁੱਛਿਆ, ਕਿਉਂ ਇਹ ਭੈਣ ਜੀ ਤੁਸੀਂ ਕਿਉਂ ਕਰ ਰਹੇ? ਉਹ ਕਹਿੰਦੀ, ਤੁਸੀਂ ਪਰਦੇਸੀ ਹੋ, ਤੁਹਾਨੂੰ ਅਸੀਂ ਮਾੜਾ ਕਹਿ ਨਹੀਂ ਸਕਦੇ, ਤੁਸੀਂ ਜੋ ਕਰ ਰਹੇ ਹੋ ਠੀਕ ਕਰ ਰਹੇ ਹੋਗੇ, ਪਰ ਮੈਂ ਆਪਣੇ ਮੁਲਕ ਦੇ ਵਿੱਚ ਗੰਦ ਪੈਂਦਾ ਬਰਦਾਸ਼ਤ ਨਹੀਂ ਕਰ ਸਕਦੀ। ਇਹ ਭਾਵਨਾ ਹੁੰਦੀ ਹੈ। ਸੋ ਇਹਨਾਂ ਵੀਰਾਂ ਨੇ ਉਹ ਭਾਵਨਾ ਉਜਾਗਰ ਕੀਤੀ ਆਪਣੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਦੇ ਵੀਡੀਓ ਨੂੰ ਵੀ ਬਹੁਤ ਵਾਇਰਲ ਕਰੋ, ਹੁਣ ਉਹਨਾਂ ਦਾ ਇਹ ਜਿਹੜਾ ਇੱਕ ਬਿੰਬ ਉਹ ਵੀ ਦਿਖਾਓ ਕਿ ਅਸੀਂ ਪੰਜਾਬ ਨੂੰ ਕਿਵੇਂ ਪਿਆਰ ਕਰਦੇ ਹਾਂ, ਕਿੰਨਾ ਸਤਿਕਾਰ ਕਰਦੇ ਹਾਂ ਆਪਣੇ ਕਿਰਦਾਰ ਦਾ।